बिस्मिल्लाहिर्रहमानिर्रहीम अस्सलाम वालेकुम मेरे YouTube पर मैं उम्मीद करता हूँ आप सब खैरियत से होंगे। हमारी वीडियो को लाइक करें, शेयर करें और मेरे चैनल को सब्सक्राइब करें क्योंकि हमें ज़्यादा से ज़्यादा नंबर। जी ज़ियान भी एंट्रो करने लगा है। ज़ियान एंट्रो करें क्या? बिस्मिल्लाहिर्रहमानिर्रहीम अस्सलाम वालेकुम। का प्याज काट लिया वा, ये थोड़ा आ रहा पीस बड़ा कटे आ गया वा, ए जेड़ा ते ए चने आ ए पाने आ विच ए हुन जी आलू काट दे आ। सड़ को समान थोड़ा थोड़ा ही आ, बरीक बरीक पीस कटा ना दा ए दे भी दो बिल्कुल जी, वो ते वड्डे वड्डे च नहीं खाओंदे नाल फिर फिक्के जे रह जांदे आ। ज़ियान इधर आओ, बात सुनो। अच्छा जी, ओदे ने चना चाट हां जी। दही तो बगैर भी बनदी है ना? नहीं बनदी है, दही तो बगैर भी, पर दही साथ में फिर मजा आता है। दही पिया तो आपरे चले वो खट्टा बड़ा है ना। ज़ियान ने फिर खांसी ज़ियान हो गया, ज़ियान ने हटना नहीं हैगा। ज़ियान तू हटना नहीं है हां है नहीं क्या पते पते कौन है पापा? ये खाओगे चना? दीदी डाली। ਅੱਛਾ ਜੀ, ਮੈਂ ਕਿਹਾ ਅਸਲ ਬੇਟੀ ਨੂੰ ਕਰ ਦਈਏ ਕੁਛ ਅੱਜ ਚਟਪਟਾ ਜਿਹਾ ਬਣਾ ਕੇ, ਅਤੇ ਇਹ ਸਾਰੀਆਂ ਚੀਜ਼ਾਂ ਨਾ ਪਈਆਂ ਸੀ, ਆਲੂ ਵੀ ਬੋਇਲ ਕੀਤੇ, ਚਨੇ ਵੀ ਸਪੈਸ਼ਲ ਨਹੀਂ ਬਣਾਉਣ ਲੱਗੇ, ਬਸ ਖੀਰੇ ਵੀ ਪੜੇ ਥੇ, ਪਿਆਜ਼ ਵੀ ਤਾਂ। ਹਾਂਜੀ ਉਮਰ, ਬਸ ਜੇ ਚਾਟ ਮਸਾਲਾ ਪਾ ਕੇ ਉਹ ਦਹੀਂ ਵਾਲਾ ਬੋਲ ਚੱਕ ਕੇ ਲਿਆਓ, ਮੈਂ ਚੈੱਕ ਕਰਾਂ ਕਿੰਨਾ ਕੁ ਖੱਟਾ ਵਾ। ਅੱਛਾ ਨੀਚੇ ਬਾਜੂ, ਨੀਚੇ ਬਾਜੂ ਮਾਰ ਇੱਕ ਫਰੇ ਤੋਂ ਟਮਾਟਰ ਲੈ ਕੇ ਆ। ਚਨੇ ਵੀ ਮਿਲ ਜਾਂਦੇ ਸਾਰਾ ਕੁਛ ਬੇਟਾ, ਉਹ ਨਾ ਲੈ ਕੇ ਆਓ ਉਹਨੂੰ, ਤਨੇ ਖਾਣੇ ਫਿਰ ਤੁਹਾਡਾ ਪੇਟ ਦਰਦ ਕਰਦਾ। ਕਿਆ ਖਾ ਰਹੇ ਹੋ? ਚਨੇ। ਅਊਜ਼ਬਿੱਲਾ ਤੋਂ ਸੁਣਾਓ, ਅਊਜ਼ਬਿੱਲਾ ਹਿਮਨਾ ਸ਼ਾਇਤਾ ਨਿਰਵਾਜੀਮ ਬਿਸਮਿਲ੍ਲਾ ਰਹਿਮਾ ਰਹਿਮ। ਚਲੋ ਜੀ ਕੁਮਾਰ ਅੱਜ ਮੇਰੇ ਪਾਸ ਆ ਜੋ ਦਾਣੇ ਤੁਹਾਡਾ ਤੱਕੇ ਪੇਟ ਦਰਦ ਕਰਦਾ ਹੈ। ਹਾਏ ਇਹ ਕਿਸ ਦਾ ਬੇਟਾ ਹੈ? ਇਸ ਦਾ ਆਪਣਾ ਨਾਮ ਬਤਾਓ। ਮੁਹੰਮਦ ਜ਼ਿਆਨ। ਨਹੀਂ ਇਹ ਖੁਦ ਬਤਾਏਗਾ, ਸੈਨ ਆਪਣਾ ਨਾਮ ਬਤਾਓ, ਆਪਣਾ ਨਾਮ ਬਤਾਓ। ਜਬ ਮੈਂ ਛੋਟਾ ਥਾ ਬੁਆ ਕਰਦਾ ਥਾ ਨਾ, ਜਬ ਮੈਂ ਛੋਟਾ ਬੁਆ ਕਰਦਾ ਥਾ ਤੋ ਮੈਂ ਬਿਲਕੁਲ ਜ਼ਿਆਨ ਕੀ ਤਰ੍ਹਾਂ ਹੋਤਾ ਥਾ। ਅੱਛਾ ਹਾਂਜੀ, ਆਪਕੋ ਕਿਸ ਨੇ ਬਤਾਇਆ? ਮੁਝੇ ਨਾ ਮੁਝੇ ਯਾਦ ਹੈ, ਥੋੜੀ ਥੋੜੀ ਸੀ ਬਾਤੇ ਨਾ ਮੁਝੇ ਯਾਦ ਹੈ, ਤੋ ਮੈਂ ਬਹੁਤ ਸਾਰਾ ਜੋ ਨਾ ਤੋ ਯਾਦ ਹੀ ਨਹੀਂ ਹੁੰਦਾ ਮੈਂ ਕਿਆ ਸੀ ਜੀ, ਮੈਂ ਬਹੁਤ। ਅੱਛਾ ਜੀ ਹਮ ਬਤਾਏ, ਬਹੁਤ ਕਿਊਟ ਹੁੰਦਾ ਥਾ। ਵੋ ਮੇਰੀ ਪਹਿਲੀ ਤਸਵੀਰੇ ਪੜੀਆਂ, ਅਦਰ ਨੇ ਵੀ ਦੇਖੀਆਂ, ਅਦਰ ਕੈਸੀ? ਵੋ ਤੋ ਬਿਲਕੁਲ ਮੂਰਤੀ ਫੈਨ ਹੈ, ਅਦਰ ਕੈਸੀ? ਨਹੀਂ ਦੇਖੀ ਮੈਨੇ। ਕਿਉਂ? ਵੋ ਜੋ ਤਸਵੀਰੇ ਮੇਰੀ ਥੀ ਬੜੇ ਹੋਤੀ ਥੀ, ਯੇ ਦਿਖਾ ਜਬ ਮੈਂ ਮੈਟ੍ਰਿਕ ਮੈਂ। ਨਹੀਂ ਵੋ ਤੋ ਬਹੁਤ ਹੀ ਬੜੀ ਥੀ, वो तो आप जैसे अब्बा वासी थी। हाँ क्या क्या? मैंने मुझे समझ नहीं लगी आपने। जैसे अब्बा ने वासी थी। ਕਹਿੰਦੀ ਆ ਕਿ ਜਿਸ ਤਰ੍ਹਾਂ ਤੁਸੀਂ ਹੁਣ ਸ਼ਕਲ ਆ ਤੁਹਾਡੀ ਇਸ ਤਰ੍ਹਾਂ ਹੀ ਆ ਬਿਲਕੁਲ। ਅੱਛਾ ਮਸਾਲਾ। ਅੱਛਾ ਅੱਛਾ, ਮੈਂ ਇੱਕ ਹੋਰ ਗੱਲ ਦੱਸਾਂ ਤੁਹਾਨੂੰ। ਹਾਂਜੀ
ਮੇਰੇ ਸਿਰ ਤੇ ਬਹੁਤ ਜ਼ਿਆਦਾ ਵਾਲ ਹੁੰਦੇ ਸੀ, ਬੜੇ ਜ਼ਬਰਦਸਤ। ਹਾਂ ਹਾਂਜੀ ਹਾਂ, ਇਸ ਤਰ੍ਹਾਂ ਮੈਂ ਭੁੱਖ ਪਾਉਂਦਾ ਹੁੰਦਾ ਸੀ। ਹਾਂਜੀ ਐਸੇ ਕੁਰਤੇ ਦੋ ਬਣਾਉਣੇ, ਐਸੇ ਕਢਾਈ ਕਰਨੀ ਹੈ ਐਸੇ। ਧੋਤੀ ਬਣ ਕੇ ਉੱਪਰ ਪੱਗ ਬਣਾ ਕੇ ਜਾਣ ਕੇ ਕਿੰਨੇ ਟਮਾਟਰ ਪੈ ਜਾਂਦੇ? 200 ਰੁਪਏ ਕਿਲੋ, 100-200 ਰੁਪਏ ਕਿੰਨੇ ਸਸਤੇ ਹੋ ਜਾਣ ਜੇ ਤੂੰ ਸਾਡੇ ਨਹੀਂ ਹਮਾਰੇ ਜਬ ਲਥੇਂਗੇ ਅੱਛਾ ਜੀ, ਬਾਰਿਸ਼ ਪੈ ਰਹੀ ਆ, ਅਸੀਂ ਆਪਣਾ ਨਾ ਬਣਾ ਰਹੇ ਹਾਂ ਮਜ਼ੇਦਾਰ ਜਿਹਾ, ਜ਼ਰੂਰ ਦੇਖਿਓ, ਜ਼ਰੂਰ ਵਾਚ ਕਰਿਓ। ਐਸੇ ਨਹੀਂ ਕਰਦੇ ਬੁਈ ਬਾਤ, ਮੇਰੇ ਕਿਤਨੀ ਵਾਰ ਆਪਕੋ ਕਰ ਬੁਈ ਬਾਤ, ਆਪਕੋ ਸਮਝ ਨਹੀਂ ਆਤਾ? ਮੈਂ ਹਰ ਚੀਜ਼ ਕਰ ਲਈ, ਅੰਮੀ ਪਿਆਜ਼ ਬਹੁਤ ਜ਼ਿਆਦਾ ਪਿਆਜ਼ ਨਹੀਂ ਬੇਟਾ ਖਾਧਾ ਜਾਣਾ, ਫਿਰ ਹੁਣ ਇਹਦੇ 'ਚ ਨਾ ਆ ਪਾਈਏ ਚਾਟ ਮਸਾਲਾ। ਅੱਛਾ ਜੀ, ਇਹ ਬਣਾਉਣ ਲੱਗੇ ਚਾਟ ਮਸਾਲਾ ਜਿਹੜਾ ਹੈਗਾ ਪਾਦਾ, ਇਤਨਾ ਜ਼ਿਆਦਾ ਤਾਂ ਨਹੀਂ ਹੋ ਜਾਏਗਾ? ਉਹੀ ਤਾਂ ਕਰੀ ਉੱਠਣਾ, ਦਹੀਂ ਨਾਲ ਅਵਰੇਜ ਮ ਦਹੀਂ ਨਾਲ ਚਾਹੀਏ, ਦਹੀਂ ਬੱਲੇ ਬਣ ਜਾਣਾ ਹੈ ਨਾ, ਦਹੀਂ ਪਾ ਕੇ ਦੇਖਾ ਤਾਂ ਖੱਟਾ ਤਾਂ ਨਹੀਂ ਜ਼ਿਆਦਾ, ਬਸ ਠੀਕ ਹੀ ਆ। ਦਾਲ ਤਾਂ ਸਾਰਾ ਸਾਰਾ ਦਾਲ ਗਾਲ ਓ ਮਾਈ ਗੋਡ, ਖੱਟਾ ਨਾ ਹੋ ਜੇ ਬਾਕੀ ਖੈਰ ਆ, ਥੋੜਾ ਸਾ ਨਮਕ ਵੀ ਡਾਲਨੇ, ਚਮਚ ਆਪ ਐਸੇ ਕਰਾਂ ਜਾਂ ਮੈਂ ਬਣਾ ਕੇ ਰੱਖਦੀ ਹਾਂ, ਤੁਸੀਂ ਨਾ ਚਮਚ ਅਤੇ ਉਹ ਲੈ ਕੇ ਆਓ ਪਲੇਟਾਂ, ਤਿੰਨ ਕੁ ਪਲੇਟਾਂ ਲਿਆ ਤਾਂ ਤਿੰਨ ਚਾਰ। ਅੱਛਾ ਜੀ, ਇਹ ਬਿਲਕੁਲ ਤਿਆਰ ਹੋ ਗਏ, ਚਨਾ ਚਾਟ ਕਹਿ ਲਓ ਜਾਂ ਜੋ ਮਰਜ਼ੀ ਕਹਿ ਲਓ, ਬਣਾਉਣ 'ਚ ਕੁਛ ਹੋਰ ਲੱਗੇ ਸੀ ਦਹੀਂ ਤੋਂ ਬਗੈਰ, ਲੇਕਿਨ ਬਣਾਉਣ 'ਚ ਕੁਛ ਹੋਰ ਲਿਆ, ਬਸ ਸਿਰਫ ਭੱਲੀਆਂ ਨਹੀਂ ਵਿੱਚ ਹੈ, ਬਾਕੀ ਤਾਂ ਸਾਰਾ ਦਹੀਂ ਭੱਲਿਆਂ ਵਾਲੇ ਸਮਾਨ ਹੋ ਗਿਆ, ਅਤੇ ਹੁਣ ਮੈਂ ਬੱਚਿਆਂ ਨੂੰ ਪਾ ਕੇ ਦਿੰਦੀ ਪਲੇਟਾਂ 'ਚ ਮਜ਼ੇਦਾਰ ਜਿਹਾ ਚਟਪਟਾ, ਅਤੇ ਹੁਣ ਬੈਠ ਕੇ ਖਾਂਦੇ ਹਾਂ। ਅਤੇ ਜਵਾਨੇ ਉਹਨਾਂ ਖਾਧਣ ਜਿਹਨੇ ਕੱਪੜੇ ਲਵੇੜੇ ਹੋਏ ਆ। ਮਾਸ਼ਾਅੱਲਾ ਮਾਸ਼ਾਅੱਲਾ, ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਥੋੜਾ ਰੰਗ ਬੜਾ ਕਾਲਾ ਆ ਰਿਹਾ, ਹਨੇਰੇ 'ਚ ਬੈਠੇ ਨਾ, ਲਾਈਟ ਨਹੀਂ ਹੈਗੀ, ਸਵਾਦ ਬਣੇ। ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨਾ ਬੱਚਿਆਂ ਨੂੰ ਆਮ ਰੂਟੀਨ 'ਚ ਬਣਾ ਕੇ ਦਿਆ ਕਰੋ ਘਰ। ਮੈਂ ਕਿਹਾ ਵੀ ਉਹਨੂੰ ਕੀ ਕਹਿੰਦੇ, ਕੁਹਾੜੀ ਖੁੰਡੀ ਲੱਗਦੀ ਆ, ਬਸ ਬਸ ਉਹ ਨਾ ਟੁੱਕੋ, ਉਹ ਨਾ ਟੁੱਕੋ, ਇੱਕ ਪੈਰ ਰੱਖ ਕੇ ਉਹਨੂੰ ਨੀਚੇ ਕਰ ਦੋ ਥੋੜ੍ਹਾ ਜਿਹਾ, ਨੀਵਾਂ ਕਰ, ਇਹਨੂੰ ਨਾ ਦੇਖਾ ਕਵੀ ਤਾਂ ਤੇਰੀ ਤਾਂ ਬੋਲਣਾ ਇਹ।
ਇਹ ਨਾ ਤਵੀ ਤੇ ਬਿਹਤਰੀਨ ਜਿਹੜਾ ਨਾ ਇਹਦੀ ਰੋਟੀ ਬਣ ਜਾਣੀ ਸਾਰੇ, ਨਾਲੇ ਇਸ ਨੂੰ ਇਸਤੇਮਾਲ ਹੋ ਜੂਗਾ, ਨਾਲੇ ਇੱਥੋਂ ਗੰਦ ਮੁੱਕ ਜੂਗਾ। ਹਾਂਜੀ ਮੈਂ ਵੀ ਇਹ ਕਹਿੰਦੀ ਜਦੋਂ ਤੱਕ ਸਾਡੇ ਆਉਣਾ ਨਾ ਚਾਚੂ ਜੀ ਹੋਣਾ ਜਾਂ ਚਾਚੀ ਜੀ ਹੋਣਾ ਉਦੋਂ ਤੱਕ ਨਾ ਬਾਲਣ ਇੱਥੋਂ ਕੋਈ ਨੇੜੇ ਤੇ ਲੱਗ ਜਾਵੇ ਨਾ, ਸੁੱਕਾ ਪਿਆ ਵਾ ਇਹਨੂੰ ਬਿਹਤਰੀਨ ਅੱਗ ਲੱਗਣੀ ਆ। ਸਹੀ ਤੇ ਨਾਲੇ ਜਿਹੜਾ ਨਾ ਇਹ ਜਲ ਜੂਗਾ ਤੇ ਨਾਲੇ ਇੱਥੋਂ ਖਤਮ ਹੋ ਜੂਗਾ, ਨਾਲੇ ਇਹਦੀਆਂ ਰੋਟੀਆਂ ਬਣ ਜਾਣਗੀਆਂ ਤੇ ਨਾਲੇ ਗੈਸ ਦੀ ਬੱਚਤ ਹੋਊਗੀ। ਇਸ ਤਰ੍ਹਾਂ ਬਾਰਿਸ਼ ਸ਼ੁਰੂ ਹੋ ਗਈ ਜੀ ਸਾਡੇ ਕੋਲ, ਇੱਧਰ ਸੂਰਜ ਦਾ ਥੋੜ੍ਹਾ ਥੋੜ੍ਹਾ ਹੈ ਵਾ ਅਤੇ ਬਾਰਿਸ਼ ਸ਼ੁਰੂ ਹੋ ਗਈ ਆ। ਇਹ ਮਾਸ਼ਾਅੱਲਾ ਸਾਡੀ ਇਹ ਸਾਈਡ ਇੰਨੀ ਸੋਹਣੀ ਮਾਸ਼ਾਅੱਲਾ ਲੱਗਦੀ ਆ ਅਤੇ ਨਜ਼ਰ ਨਜ਼ਰ ਨਾ ਲੱਗ ਜਾਏ। ਉਹ ਸਾਈਡ ਸਾਡੀ ਫਿਰ ਸੋਹਣੀ ਹੋਣੀ ਆ ਜਦੋਂ ਆਈਟਾਂ ਉੱਟਾਂ ਚੱਕੀਆਂ ਗਈਆਂ, ਸੜਕਾਂ ਬਣ ਗਈਆਂ, ਫਿਰ ਸਹੀ ਹੋਣੀ ਆ। ਇਹ ਜਿਹੜਾ ਮਤਲਬ ਜਗ੍ਹਾ ਵਾ ਨਾ ਇੱਧਰੋਂ ਛਾਪੀਆਂ ਜੀਆਂ ਇੱਥੇ ਸਟਾਲੀਆਂ, ਲੋਕ ਪੱਤੇ ਸ਼ਹਿਰਾਂ 'ਚ ਨਾ ਪੱਤੇ ਇਸਤੇਮਾਲ ਕਰਦੇ ਆ। ਕੋਈ ਨਹੀਂ ਹਲੇ ਸੜਕ ਹੈਗਾ ਵਾ, ਜਦੋਂ ਮੁੱਕ ਗਿਆ ਸੀ ਸੋਲਰ ਵਾਲਾ ਚੁੱਲ੍ਹਾ ਲਿਆਉਣਾ, ਸ਼ਹਿਰ ਚੱਕਰ ਲੱਗੇ 11 ਵਜੇ ਹਾਂਡੀ ਬਣਾ ਕੇ ਰੱਖ ਲਿਆ ਕਰਨੀ ਆ। ਚਲੋ ਠੀਕ ਆ, ਤੁਸੀਂ ਇਹ ਕਰ ਲਓ, ਬਾਰਿਸ਼ ਲੱਥੀ ਆਈ ਹੈ। ਮੈਂ ਵੀ ਥੋੜਾ ਬਸ ਉਹ ਅਦਨ ਲੱਗੀ ਆ ਕਰਨ, ਰੱਖਣਾ ਬਸ ਥੋੜਾ ਜਿਹਾ ਰੱਖ, ਅਦਨ ਲੱਗੀ ਆ ਚਨਾ ਚਾਟ ਜਿਹਾ ਬਣਾਉਣ, ਮੈਂ ਦੇਖਾਂ ਤੇ ਕਿੱਦਾਂ ਬਣਾਉਂਦੀ ਆ। ਉਹਨੇ ਨਾ ਉਦਣ ਚਨੇ ਬੋਇਲ ਕੀਤੇ ਸੀ, ਥੋੜ੍ਹੇ ਜਿਹਾ ਜ਼ਿਆਦਾ ਸੀ, ਮੈਂ ਰੱਖ ਲਏ ਸੀ, ਤਾਂ ਆਲੂ ਕੱਲ੍ਹ ਬੋਇਲ ਕੀਤੇ ਤੋਂ ਵੀ ਉਹ ਹੁਣ ਲੱਗੀ ਹੋਈ ਆ, ਦੇਖਾਂ ਜਾ ਕੇ। ਇਹ ਚਟਾਈ ਨੂੰ ਅੱਗ ਲਾ ਦਿਓ, ਇਹ ਜਿਹੜੀ ਆ ਸੱਚੀ ਬਾਰਿਸ਼ ਹੋ ਗਈ ਹੈ ਸ਼ੁਰੂ, ਅਤੇ ਉਹ ਸ਼ਾਰਕ ਜਿਹੜੀ ਆ ਨਾ ਪਹਿਲੇ ਪਰਲੇ ਦਰਵਾਜ਼ੇ ਵਾਲੀ ਇਹਨਾਂ ਨੇ ਸਾਡਾ ਉਹ ਕੀਤਾ ਸੀ, ਅਸੀਂ ਹੁਣ ਪਰਦੇ ਲਗਾ ਲਏ, ਅਤੇ ਪਰਦਿਆਂ ਤੋਂ ਬਾਅਦ ਹੁਣ ਇਹ ਆਹ ਜਿਹੜੀਆਂ ਸਾਡੀਆਂ ਲਾਈਟਾਂ ਲੱਗਣ ਵਾਲੀਆਂ ਵਾ ਨਾ, ਇਹਨਾਂ ਨੇ ਇੱਥੇ ਕੰਮ ਖਰਾਬ ਕੀਤਾ ਹੋਇਆ ਵਾ। ਸ਼ਾਰਕਾਂ ਨੇ ਨਾ ਇੱਥੇ ਆ ਇਹਨਾਂ ਦੇ ਵਿੱਚ ਵੜ ਵੜ ਕੇ ਨਾ ਆਪਣੇ ਘਰ ਬਣਾਉਂਦੀਆਂ ਪਈਆਂ, ਇਹਨਾਂ ਲਾਈਟ ਆ ਜਿੱਥੇ ਲਾਈਟਾਂ ਦੇ ਵਿੱਚੋਂ ਦੀ ਲੰਘ ਲੰਘ ਕੇ। ਮਾਸ਼ਾਅੱਲਾ ਕਿੰਨਾ ਸੋਹਣਾ ਲੱਗਦਾ ਜੀ। ਇਹ ਐਵੋਕਾਡੋ ਦਾ ਪੌਦਾ ਦੇਖ ਸਕਦੇ ਹੋ, ਮਾਸ਼ਾਅੱਲਾ ਤੁਰਿਆ ਹੋਇਆ, ਅਤੇ ਉਸ ਦਿਨ ਮੈਂ ਪੌਦਿਆਂ ਨੂੰ ਸਪਰੇਅ ਕੀਤੀ ਸੀ, ਅਤੇ ਇਹ ਵੀ ਮਾਸ਼ਾਅੱਲਾ ਕਾਫੀ ਵੱਡਾ ਹੋ ਗਿਆ। ਇਹ ਵੀ ਐਵੋਕਾਡੋ ਦਾ ਪੌਦਾ ਜੀ। ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਅਤੇ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਸ਼ਾਮ ਦਾ ਵਿਊ ਆ, ਅਸੀਂ ਜ਼ਰੂਰ ਦਿਖਾ ਰਹੇ ਹਾਂ, ਅਤੇ ਇਹ ਸਾਡਾ ਗਾਉਂ, ਇਹ ਆਸਮਾਨ ਦੇਖੋ ਕਿੰਨੇ ਬੱਦਲ ਹੋਏ ਹੋਏ ਆ, ਹਲਕੀ ਹਲਕੀ ਬਾਰਿਸ਼ ਹੋ ਰਹੀ ਆ, ਅਤੇ ਇਹ ਦੇਖੋ ਜਿਹੜਾ ਨਾ ਘਰ ਦਾ ਵਿਊ, ਅਸੀਂ ਕਿਉਂਕਿ ਚਾਚੂ ਦੇਖਦੇ ਨੇ, ਆਂਟੀ ਦੇਖਦੇ ਨੇ, ਅਤੇ ਸਾਡੇ ਭਾਈ ਦੇਖਦੇ ਨੇ, ਅਜ਼ੀਮ ਦੇਖਦੇ ਨੇ, ਮਹਿਫੂਜ਼ ਦੇਖਦੇ ਨੇ, ਮੁਕੰਮਲ ਮੁਕੰਮਲ ਸਾਡੀਆਂ ਆਪੀਆਂ ਦੇਖਦੀਆਂ, ਅਤੇ ਇਸ ਕਰਕੇ ਅਸੀਂ ਇਹ ਸਾਰਾ ਜਿਹੜਾ ਨਾ ਉਹਨਾਂ ਵਾਸਤੇ ਅਸੀਂ ਇਹ ਕਲਿੱਪ ਜ਼ਰੂਰ ਘਰ ਦਾ ਪਾਉਂਦੇ ਹਾਂ, ਕਿਉਂਕਿ ਉਹ ਬਹੁਤ ਜ਼ਿਆਦਾ ਖੁਸ਼ ਹੋ ਜਾਂਦੇ ਆ। ਇਹ ਦੇਖੋ ਇਹ ਵੇਲ ਜੀ ਤੁਰ ਪਈ ਆ, ਅਤੇ ਇਹ ਸਾਰਾ ਜਿਹੜਾ ਨਾ ਇਹ ਪੌਦੇ ਜਿਹੜੇ ਆ ਨਾ, ਇਹ ਮਾਸ਼ਾਅੱਲਾ ਜਿਹੜੇ ਆ ਨਾ ਕਾਫੀ ਪੌਦੇ ਜਿਹੜੇ ਨਾ ਉਹ ਅੱਗੇ ਨਾਲੋਂ ਉਹਨਾਂ ਨੇ ਗਰੋ ਕੀਤਾ, ਅਤੇ ਹਾਂਜੀ, ਅਤੇ ਅਸੀਂ ਇਹ ਦੇਖੋ ਮੈਂ ਨਾ ਗੋਡੀ ਕਰ ਦਿੱਤੀ ਇਹਨਾਂ ਨੂੰ, ਅਤੇ ਮੈਂ ਕਿਹਾ ਵੀ ਚਲੋ ਗੰਢੇ ਜਿਹੜੇ ਆ ਨਾ ਉਹ ਮੋਟੇ ਹੋ ਜਾਣਗੇ। ਜੀ ਹਾਂਜੀ, ਗੱਡੀ ਆ ਗਈ ਜੀ। ਮੇਰਾ ਬੇਟਾ ਬਹੁਤ ਜ਼ਿਆਦਾ ਖੁਸ਼ ਹੁੰਦਾ, ਸਪੈਸ਼ਲੀ ਸੁਬਹ ਨੂੰ ਇਸ ਸ਼ੈੱਡ ਦੇ ਨੀਚੇ ਜਾ ਕੇ ਸਾਈਕਲ ਹੀ ਨਾ
ਆਪਣੀ ਜਿਹੜੀ ਹੈ ਨਾ ਸਾਈਕਲ ਉੱਥੇ ਲੈ ਜਾਂਦਾ ਅਤੇ ਖੇਡਦਾ ਰਹਿੰਦਾ, ਇਸ ਤਰ੍ਹਾਂ ਖੇਡਣ ਲੱਗ ਗਿਆ। ਹਾਂਜੀ, ਇਹ ਇਹਦਾ ਬਸ ਨਾ, ਇਹ ਇੱਥੇ ਆ ਕੇ ਖੇਡਣਾ ਸ਼ੁਰੂ ਕਰ ਦਿੰਦਾ ਜੀ। ਇਹ ਅਸੀਂ ਸਿਰਫ ਤਿੰਨ ਪੇੜੇ ਬਣਾਏ ਆ ਅਤੇ ਇੱਕ ਰੋਟੀ ਮੇਰੀ, ਇੱਕ ਬੱਚਿਆਂ ਦੀ, ਇੱਕ ਸੁਨਹਿਰਾ ਦੀ। ਕਿਉਂਕਿ ਉਹ ਖਾ ਲਿਆ ਬਣਾ ਕੇ ਚਲੀਆਂ ਅੱਛਾ ਜੀ। ਇਹ ਪੁਦੀਨਾ ਪਾਣੀ 'ਚ ਪਾ ਕੇ, ਸੌਂਫ, ਇਲਾਇਚੀ ਹਰ ਚੀਜ਼ ਰੱਖਤੀ ਆ ਰੋਟੀ ਤੋਂ ਬਾਅਦ ਨਾ, ਇੱਕ ਦਫ਼ਾ ਡੇਲੀ ਦਿਨ 'ਚ ਨਾ ਪੁਦੀਨੇ ਵਾਲਾ ਅਗਰ ਕਾਹਵਾ ਜਿਹਾ ਬਣਾ ਕੇ ਪੀ ਲਈਆਂ ਨਾ, ਇੱਕ ਤਾਂ ਇਹ ਮੈਦਾ ਸਹੀ ਰਹਿੰਦਾ, ਦੂਸਰਾ ਇਹ ਕਿ ਮੱਖੀ ਮੁੱਖੀ ਦਾ ਮੌਸਮ ਆ, ਪੇਟ ਨਹੀਂ ਖਰਾਬ ਹੁੰਦਾ। ਅਤੇ ਮੈਂ ਅੱਜ ਤੱਕ ਜ਼ਿਆਦਾ ਬੱਚਿਆਂ ਨੂੰ ਵੀ ਅੱਧਾ ਅੱਧਾ ਕੱਪ ਦਿਆ ਕਰੋ। ਹਾਂਜੀ, ਇਹ ਮੈਂ ਤਿੰਨ ਚਾਰ ਕੱਪ ਰੱਖੇ, ਕਹਿੰਦੇ ਤੱਕ ਪਾਣੀ ਦਾ ਕੱਪ ਹੋਰ ਪਾ ਲੈਂਦੇ ਹਾਂ, ਤਾਂ ਮੈਂ ਤਾਂ ਦੋ ਕੱਪ ਪੀ ਲੈਂਦੀ ਹਾਂ। ਅਤੇ ਜ਼ਿਆਨ ਵੀ ਅਗਰ ਫੀਡਰ 'ਚ ਦੇ ਦਿਉ ਸੁੱਤੇ ਪਏ ਉਹਨੂੰ ਪਤਾ ਨਹੀਂ ਲੱਗਦਾ, ਤਾਂ ਜ਼ਿਆਨ ਵੀ। ਇਹ ਮੈਂ ਪਹਿਲੇ ਰੋਟੀਆਂ ਬਣਾਉਣੀਆਂ, ਫਿਰ ਇਹਨੂੰ ਪਕਾਉਣਾ ਵਾ, ਚੀਜ਼ਾਂ ਸਾਰੀਆਂ ਪਾ ਕੇ ਰੱਖ ਲਈਆਂ ਵਾ, ਅਤੇ ਫਿਰ ਰੋਟੀ ਕੋਲ ਬੰਦਾ ਬਹਿ ਕੇ ਖਾ ਲੈਂਦਾ ਅਤੇ ਨਾਲ ਕਾਹਵਾ ਬਣਾ ਲੈਂਦਾ। ਜੇ ਰੋਟੀ ਬਣਦੀ ਪਈ ਹੈ ਅਤੇ ਸੁਨਹਿਰਾ ਨੇ ਜਿਹੜਾ ਨਾ ਇੱਕ ਕਵੀ 'ਤੇ ਬਣਾਉਂਦੀ ਹੈ ਰੋਟੀ, ਅਤੇ ਵਾਹ ਵਾਹ ਜ਼ਬਰਦਸਤ ਹੋ ਗਿਆ। ਅਤੇ ਦੇਖ ਲਓ ਬਾਲਣ ਕਿੰਨਾ ਸੁੱਕਾ ਅਤੇ ਕਿੰਨੀ ਜਲਦੀ ਅੱਗ ਲੱਗਦੀ ਹੈ। ਵਲੌਗ ਦਾ ਐਂਡ ਕਰਦੇ ਹਾਂ ਜੀ ਇੱਥੇ। ਅਤੇ ਮਾਸ਼ਾਅੱਲਾ ਜੀ, ਮਾਸ਼ਾਅੱਲਾ, ਰੋਟੀ ਕਿੰਨੀ ਗੋਲ ਤੁਸੀਂ ਬਣਾਉਂਦੇ ਹੋ, ਜ਼ਬਰਦਸਤ, ਬਿਊਟੀਫੁਲ ਜੀ। ਹਾਂ, ਬਹੁਤ ਜ਼ਬਰਦਸਤ ਰੋਟੀ ਬਣੀ ਆ ਜੀ, ਥੈਂਕ ਯੂ। ਇਹਦੇ ਨਾਲ ਹੀ ਐਂਡ ਕਰਦੇ ਹਾਂ। ਸਹੀ, ਅੱਲਾ ਹਾਫਿਜ਼ ਜੀ, ਅੱਲਾ ਹਾਫਿਜ਼। ਕਿਉਂਕਿ ਦੇਖੋ ਨਾ, ਕਿਆ ਕਹਿਣੇ, ਕਿਆ ਕਹਿਣੇ, ਜ਼ਬਰਦਸਤ ਇੱਦਾਂ ਦਾ ਬਾਲਣ ਮੈਂ ਤੁਹਾਨੂੰ ਟੁੱਕ ਟੁੱਕ ਕੇ ਦਿਆ ਕਰੂੰਗਾ। ਅੱਛਾ।